ਨਿਹਾਣ ਤੂੰ ਉਹ ਖੌਫ ਖਾਂਦੇ ਸਾਡੇ ਵਾਸਤੇ ਉਸ ਦਿਨ ਈਦ ਹੋਣੀ ਲੋਕੀ ਹਸ਼ਰ ਨਿਹਾਣ ਤੂੰ ਖੌਫ ਖਾਂਦੇ ਸਾਡੇ ਵਾਸਤੇ ਉਸ ਦਿਨ ਈਦ ਹੋਣੀ ਹਾਜ਼ਰ ਰੱਬ ਦੀ ਬਾਰਗਾਹ ਵਿੱਚ ਹੋਣਾ ਹੈ ਨਾਲੇ ਸੋਹਣੇ ਮੁਹੰਮਦ ਦੀ ਦੀਦ ਹੋਣੀ ਹਾਜ਼ਰ ਰੱਬ ਦੀ ਬਾਰਗਾਹ ਵਿੱਚ ਹੋਣਾ ਨਾਲੇ ਸੋਹਣੇ ਮੁਹੰਮਦ ਦੀ ਦੀਦ ਹੋਣੀ ਰਹਿਮਤ ਲੱਭਦੀ ਫਿਰੇਗੀ ਹਸ਼ਰ ਦੇ ਦਿਨ ਬਾਬਾ ਸਾਹਿਬ ਦੀ ਜਿਹੜੀ ਮੁਰੀਦ ਹੋਣੀ ਉਹ ਅਸਗਰ ਵੇਖ ਲਈ ਉਹ ਹਸ਼ਰ ਮੈਦਾਨ ਅੰਦਰ ਹੈ ਹਰ ਪਾਸੇ ਫਰੀਦ ਫਰੀਦ ਹੋਣੀ ਦਮ ਇਸ਼ਕ ਫਰੀਦੀ ਭਰੀਏ ਹੋ ਗਿਆ।
Buddy.
ਵੇਖਣ ਆਇਆ ਨੇ ਅੱਜ ਭਰ
شكر ده قدمي بار سجن ده شكر صدقا ملتا